ਮੈਂ ਤੁਹਾਨੂੰ ਦੱਸ ਸਭ ਤੋਂ ਵੱਡਾ ਡਰੱਗ ਸਮਗਲਰ ਜੇ ਹੈ ਜੋ ਪ੍ਰੋਵਾਈਡ ਕਰਦਾ ਹੈ ਉਹ ਜੀਰਾ ਆਪ ਹੈ। ਮੈਨੂੰ ਲੱਗਦਾ ਕਿਤੇ ਆਹ ਨਾ ਹੋਏ ਨਾ ਕਿ ਉਹਦੇ ਬੰਦੇ ਨੂੰ ਫੜ ਲਿਆ ਹੋਵੇ ਅਤੇ ਆ ਜੀ ਦਾ ਗੁੱਸਾ ਕਰਦਾ ਹੋਵੇ। ਪੰਜਾਬ ਦਾ ਸਭ ਤੋਂ ਵੱਡਾ ਡਰੱਗ ਤਸਕਰ ਕਾਂਗਰਸੀ ਵਿਧਾਇਕ ਕੁਲਵੀਰ ਜੀਰਾ ਹੀ ਹੈ। ਜੀ ਹਾਂ, ਅਸੀਂ ਨਹੀਂ ਬਲਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਆਖ ਰਹੇ ਨੇ। ਇਹਨਾਂ ਨੇ ਸੁਖਬੀਰ ਨੇ ਤਾਂ ਜੀਰਾ ਤੇ ਇੱਥੋਂ ਤੱਕ ਇਲਜ਼ਾਮ ਲਗਾ ਦਿੱਤੇ ਕਿ ਜੀਰਾ ਹਲਕੇ 'ਚ ਜਿੰਨੇ ਵੀ ਨਜਾਇਜ਼ ਕੰਮ ਹੋ ਰਹੇ ਨੇ ਉਹ ਸਭ ਜੀਰਾ ਹੀ ਕਰਵਾ ਰਿਹਾ। ਦਰਅਸਲ ਬੀਤੇ ਦਿਨੀ ਕਾਂਗਰਸ ਵੱਲੋਂ ਫਿਰੋਜ਼ਪੁਰ 'ਚ ਸਰਪੰਚਾਂ ਲਈ ਰੱਖੇ ਗਏ ਸਹੁੰ ਚੁੱਕ ਸਮਾਗਮ 'ਚ ਕਾਂਗਰਸੀ ਵਿਧਾਇਕ ਕੁਲਵੀਰ ਜੀਰਾ ਨੇ ਨਸ਼ੇ ਦੇ ਮੁੱਦੇ ਨੂੰ ਲੈ ਕੇ ਨਾ ਸਿਰਫ ਪੰਜਾਬ ਪੁਲਿਸ 'ਤੇ ਸਵਾਲ ਖੜ੍ਹੇ ਕੀਤੇ ਬਲਕਿ ਆਪਣੀ ਸਰਕਾਰ 'ਤੇ ਵੀ ਹਮਲਾ ਬੋਲ ਦਿੱਤਾ। ਤੇ ਜੀਰਾ ਦੀ ਇਸ ਭੜਾਸ ਨੂੰ ਲੈ ਕੇ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਸਵਾਲ ਪੁੱਛਿਆ ਤਾਂ ਉਹਨਾਂ ਜੀਰਾ ਨੂੰ ਪੰਜਾਬ ਦਾ ਸਭ ਤੋਂ ਵੱਡਾ ਡਰੱਗ ਤਸਕਰ ਆਖ ਦਿੱਤਾ। ਪਰ ਮੈਂ ਤੁਹਾਨੂੰ ਦੱਸ ਸਭ ਤੋਂ ਵੱਡਾ ਡਰੱਗ ਸਮਗਲਰ ਜੇ ਹੈ ਜਾਂ ਪ੍ਰੋਵਾਈਡ ਕਰਦਾ ਹੈ ਉਹ ਜੀਰਾ ਆਪ ਹੈ। ਮੈਨੂੰ ਲੱਗਦਾ ਕਿਤੇ ਆਹ ਨਾ ਹੋਏ ਨਾ ਕਿ ਉਹਦੇ ਬੰਦੇ ਨੂੰ ਫੜ ਲਿਆ ਹੋਵੇ ਅਤੇ ਆ ਜੀ ਦਾ ਗੁੱਸਾ ਕਰਦਾ ਹੋਵੇ, ਕਿਉਂਕਿ ਜੋ ਉੱਥੇ ਜੀਰਾ ਮੈਂ ਪਤਾ ਕੀਤਾ ਜੋ ਕੁਲਦੀਪ ਜੀਰੇ ਨੇ ਗੰਦ ਪਾਇਆ ਉੱਥੇ, ਜੋ ਉਹਨਾਂ ਨੇ ਲੁੱਟ ਖੋਹ ਕਰਦਾ, ਜੋ ਡਰੱਗਸ ਰੇਤਾ ਬਜਰੀ ਡਰੱਗਸ ਦੀ ਸਮਗਲਿੰਗ ਕਰਾਉਂਦਾ ਹੈ, ਮੈਨੂੰ ਲੱਗਦਾ ਕਿਤੇ ਕਹਾਣੀ ਉਲਟੀ ਨਾ ਹੋਵੇ। ਜ਼ਿਕਰਯੋਗ ਹੈ ਕਿ ਜੀਰਾ ਤੋਂ ਕਾਂਗਰਸੀ ਵਿਧਾਇਕ ਕੁਲਵੀਰ ਜੀਰਾ ਵੱਲੋਂ ਨਸ਼ੇ ਦੇ ਮੁੱਦੇ ਤੇ ਜਿੱਥੇ ਆਪਣੇ ਹੀ ਕੈਬਨਿਟ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਹਾਜ਼ਰੀ 'ਚ ਸਟੇਜ ਤੋਂ ਬੋਲਦਿਆਂ ਪੁਲਿਸ ਤੇ ਸਰਕਾਰ ਤੇ ਭੜਾਸ ਕੱਢੀ ਸੀ ਤਾਂ ਉੱਥੇ ਹੀ ਉਹਨਾਂ ਇਸ ਸਹੁੰ ਚੁੱਕ ਸਮਾਗਮ ਦਾ ਬਾਈਕਾਟ ਵੀ ਕਰ ਦਿੱਤਾ ਸੀ, ਜਿਸ ਨੂੰ ਲੈ ਕੇ ਹੁਣ ਵਿਰੋਧੀ ਵੀ ਸਰਕਾਰ ਤੇ ਸਵਾਲ ਚੁੱਕ ਰਹੇ ਨੇ। ਬਿਊਰੋ ਰਿਪੋਰਟ, ਦੈਨਿਕ ਸਵੇਰਾ ਟੀਵੀ।